हले हले भाई, बड़े तगड़ा मैच शुरू होने जा रहा है। मेरी बेनती है करवाइए टॉस अपना। ओए हो गया टॉस। बड़े बड़े मैच की शुरुआत है कि रही हो एक चोटी की टक्कर मेरे देखने को मिली है दोनों टीमों के दरमियान। शेयर करो फिर आ मैच नू ज्यादा तो ज्यादा कमाम दा मैच है सहजो माजरे दे नाल। टूरनामेंट दे विच वेख लो किसे मैच नू 100 व्यू नहीं सी होया हुण आ मैच चलूगा ते राणी कहिंदे की कह रही आ ਉਹ ਰਾਣੇ ਬਾਈ ਹਲੇ ਤਾਂ ਯਾਰ ਲੀਗ ਮੈਚ ਹੀ ਆ ਇਹਨਾਂ ਨਾਲ ਤੁਸੀਂ ਉਹ ਕਰੋ ਭਰਾ ਬਣੇ ਸਾਜੋ ਮਾਜਰ ਦੀ ਕੀ ਇਹ ਬੈਟਿੰਗ ਹੈ ਬੋਲਿੰਗ ਬੋਲਿੰਗ ਹੈ ਜੀ ਸਾਜੋ ਮਾਜਰ ਦਾ ਬੈਟਿੰਗ ਦੇ ਧਿਆਨੀ ਫੜ ਲਵੇ ਕਮਾਮ ਆਓ ਵੇਖ ਲਾ ਸਾਹਮਣੇ ਠੰਡੇ ਠਾਰ ਗਾੜੀ ਦਾ ਘੁੱਟ ਭਰਿਆ ਮੁੰਡੇ ਵਾਲੇ ਕਲਾਟੀਆਂ ਇੱਧਰ ਆਓ ਗਰਾਊਂਡ ਬਿਲਕੁਲ ਕਲੀਅਰ ਕਰ ਦਈਏ ਆਪਾਂ ਗਰਾਊਂਡ ਬਿਲਕੁਲ ਕਲੀਅਰ ਕਰ ਦਈਏ ਮੈਚ ਵਧੀਆ ਤਸਵੀਰ ਬਾਈ ਦੋਨਾਂ ਟੀਮਾਂ ਦੇ ਦਰਮਿਆਨ ਹੈ ਜਿੱਦਾਂ ਮੈਚ ਖੇਡਿਆ ਗਿਆ ਨਾ ਕਪਲੋ ਹੋ ਮੱਚ ਰਿਹਾ ਤੇ ਉੱਦਾਂ ਹੀ ਮੈਚ ਆ ਬੱਚਣਾ ਮੇਰੇ ਮਿੱਤਰੋ ਬਾਕੀ ਦੇ ਕਹਿੰਦੇ ਨੂੰ ਜੇ ਸਿਲਕੀ ਨਾਲ ਜਿੱਤ ਗਈ ਕੋਈ ਗੱਲ ਨਹੀਂ ਕਰਨੀ ਤੇ ਵੀਰੇ ਜਿਹਨੇ ਜਿਹਨੇ ਕਰਨਾ ਉਹਨੇ ਕਰ ਦੇਣਾ ਆਪਾਂ ਕਹਿ ਦਿੰਨੇ ਆ ਵੀਰੇ ਸ਼ੇਅਰ ਕਰ ਦਿਓ ਪਰ ਇਹ ਕਹਿੰਦੇ ਬਹੁਤ ਆਸਾਨ ਜਿਹਨੇ ਨਹੀਂ ਕਰਨਾ ਉਹਨੇ ਕਰਨਾ ਹੀ ਨਹੀਂ ਜਾਨੀ ਪ੍ਰਦੀਪ ਜੋਗਾ ਦੱਸਦਾ ਰਹਾ ਮੁੰਡੇ ਆ ਆਓ ਧੰਨ ਕਰਵਾ ਸ਼ੇਅਰ ਕਰ ਦਿਓ ਸਾਰੇ ਭਰਾ ਕਰਦੀ ਵੀਰੇ ਸ਼ੇਅਰ ਕਰਿਓ ਗੁਰਵਿੰਦਰ ਭਾਈ ਸ਼ੇਅਰ ਕਰਿਓ ਜੱਟ ਭਾਈ ਸਾਜੋ ਮਾਜਰੇ ਦੀ ਟੀਮ ਜਾਪਦੀ ਨਾਲ ਫੇੜੀ ਵੀ ਸੈੱਟ ਕਰ ਲਵੇ ਮੇਰੀ ਬੇਨਤੀ ਆ ਜਾਪਦੀ ਨਾਲ ਆ ਗਿਆ ਜਿਹੜੇ ਟੀਮ ਦੀ ਆਓ ਸੈਂਟੇ ਮਾਜਰੇ ਦੀ ਧਰਤੀ ਆ ਦੁਨੀਆ ਦਾ ਕਹਿੰਦੇ ਬੰਦਾ ਲੰਦਾ ਆਓ ਦੁਨੀਆ ਦੇ ਵਿੱਚ ਕਹਿੰਦੇ ਜਿੱਤਣ ਦਾ ਮੁੰਡੇ ਦਾ ਆ ਮੁੰਡੇ ਨੇ ਕਹਿੰਦੇ ਪੰਜਾਬ ਦੇ ਵਿੱਚ ਆਓ ਹੱਲਾ ਗੁੱਲਾ ਕੀਤਾ ਹੋਇਆ ਲੈ ਪੀਂਦੀ ਬਾਈ ਇੱਕ ਵਾਰੀ ਦਰਸ਼ਕਾਂ ਦੇ ਨਾਲ ਫੱਦਣੀ ਸਹਿਜ ਪਾਈ ਮੁੰਡਿਆ ਲੋਕਾਂ ਨੂੰ ਪਤਾ ਲੱਗੇ ਵੀ ਉਹ ਪੀਂਦੀ ਖੜਾ ਫੇਰ ਦੇ ਨਾਲ ਦੇ ਵਿੱਚ ਬੜੀ ਚੜਾਈ ਹੈ ਮੁੰਡੇ ਦੀ ਤੇ ਨਾਮ ਨਾਲ ਕਹਿੰਦੇ ਗੋਪੀ ਵੀ ਆਇਆ ਹੋਇਆ ਜਿਹਨੇ ਚਰਚੇ ਹੁੰਦੇ ਦੂਰ ਦੁਰਾਡੇ ਤੱਕ ਆਓ ਜੀ ਬੱਲੇਦਾਰ ਨਾਲੇ ਪੰਜ ਸੱਤ ਬੋਲਾਂ ਫੜਾਵੇ ਨਾਲੇ ਪੰਜ ਸੱਤ ਬੋਲਾਂ ਫੜਾਵੇ ਆ ਗਿਆ ਗ੍ਰੀਨ ਨਹੀਂ ਵੀਰੇ ਆਪਾਂ ਸਿੱਧਾ ਫਾਈਨਲ ਨਾ ਪੋਸਟਰ ਪਾਈਏ ਨਾ ਲਾਈਵ ਕਰੀਏ ਤੇ ਨਾ ਜਿੱਥੇ ਉਹ ਮਤਲਬ ਵੀ ਬਿਨਾਂ ਡਾਈਆਂ ਤੋਂ ਮੈਚ ਹੁੰਦੇ ਆ ਉਹ ਇਹ ਵੀਰੇ ਸਹਿਜੋ ਮਾਜਰੇ ਦਾ ਮੈਚ ਆ ਹਾਂਜੀ ਹਾਂਜੀ ਵੀਰੇ ਜਿਹਨਾਂ ਟੀਮਾਂ ਦੀ ਐਂਟਰੀ ਰਹਿੰਦੀ ਆ ਭਰਾ ਆਪਣੇ ਐਂਟਰੀ ਦੇ ਜਾ ਕਰਨਾ ਮੇਰੀ ਬੇਨਤੀ ਆ ਲਾਓ ਸਾਹਮਣੇ ਇੱਕ ਤਕੜੇ ਮੈਚ ਦੀ ਸ਼ੁਰੂਆਤ ਦੁਨੀਆ ਦੇ ਸਟਾਰ ਵਜੇ ਹੋਇਆ ਕਿ ਜਿਹੜੇ ਬਾਲਾ ਦੇ ਰਹੀ ਹੈ ਗੁਰਜੀਤ ਦਾਸੂ ਵਾਲੀ ਆ ਜੀ ਇੱਕ ਕਮਾਲ ਕਰਦਾ ਖਿਡਾਰੀ ਸਕੋਰ ਬੋਰਡ ਤੇ ਆ ਗਿਆ ਕੱਲ ਨੂੰ ਅਵਰੇ ਇਹ ਤਾਂ ਪਹਿਲੇ ਰਾਉਂਡ ਦਾ ਮੈਚ ਹੈ ਖਿਡਾਰੀ ਸੁੱਕੀ ਆ ਗਿਆ ਸਾਹਮਣੇ ਸਕੋਰ ਬੋਰਡ ਤੇ ਜਿਹੜਾ ਜ਼ਰੂਰ ਪੁੱਜਦਾ ਵੀ ਮੇਰੀ ਬੀਟੀ ਆ ਹਰੀਵਾਲ ਦਾ ਬਹੁਤ ਤਗੜਾ ਖਿਡਾਰੀ ਲਾਓ ਸਾਹਮਣੇ ਇੱਕ ਨਾਮ ਕਰਦਾ ਸੁੱਕੀ ਆਇਆ ਹੋਇਆ ਇਹਨੇ 5-6 ਮੋਟਰਸਾਈਕਲ ਦਿੱਤੇ ਹੋਇਆ ਹੈ ਇਹ ਜਿਹੜੀਆਂ ਕਿਹੜੇ ਹਿੱਸੇ ਆਈਆਂ ਮੁੰਡੇ ਨੇ ਨਗਦ ਰਾਸ਼ਿਆਂ ਦਾ ਜੇਤੂ ਹੈ ਆ ਮੁੰਡੇ ਨੇ ਜ਼ਿਲ੍ਹੇ ਮੁਕਤਸਰ ਦੇ ਵਿੱਚੋਂ ਨਵੀਂ ਕਹਿੰਦੇ ਲੰਡੀ ਜੀਤ ਜਿੱਤੀ ਹੋਈ ਹੈ ਲੈਣੀ ਕਮਾਮਾ ਵਾਲੇ ਤੋਂ ਫਤਿਹ ਦੀ ਸਾਹਿਬ ਪਈ ਲੋਕਾਂ ਨਾਲ ਪਤਾ ਲੱਗੇ ਵੀ ਕਮਾਮਾ ਵਾਲਾ ਵੀ ਆਇਆ ਹੋਇਆ ਲੈ ਸੁੱਖੀ ਬਾਈ
ਇੱਕ ਵਾਰੀ ਦੋਨਾਂ ਤਾਲੂ ਕਰੀ ਆਉ ਸਾਹਮਣੇ ਸੁਖੀਆ ਤੁਹਾਡੀ ਅੱਖਾਂ ਦੇ ਸਾਹਮਣੇ ਤਮਾਮ ਪਿੰਡ ਮੋਗੇ ਦੇ ਚੱਲ ਕੇ ਆਇਆ ਹੋਇਆ ਇੱਕ ਪਾਸੇ ਟੀਮ ਕਹਿੰਦੇ ਨਵੇਂ ਸ਼ਹਿਰ ਦੀ ਹੈ ਮੇਰੇ ਮਿੱਤਰੋ ਰਾਜਾ ਸਾਹਿਬ ਦੀ ਕਹਿੰਦੇ ਪਾਰ ਜਰਮੋ ਨਗਰ ਦੇ ਦੂਜੇ ਪਾਸੇ ਟੀਮ ਜਿਹੜੀ ਚੱਲ ਕੇ ਆਈ ਹੈ ਮਾਛੀ ਵਾਲਾ ਸਾਹਿਬ ਦੇ ਕਹਿੰਦੇ ਐਨ ਚੱਕਰਾਂ ਦੇ ਵਿੱਚੋਂ ਕਹਿੰਦੇ ਟੀਮ ਆਈ ਹੈ ਉਹ ਚੱਕਰਾਂ ਦਾ ਕਹਿੰਦੇ ਜਿੱਤਰ ਹੁੰਦਾ ਆਓ ਖੇਡ ਮੈਦਾਨ ਦੇ ਅੰਦਰ ਮੇਰੇ ਮਿੱਤਰੋ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਚਰਸ਼ਨ ਰੱਖਤ ਧਰਤੀ ਹੈ ਮੇਰੇ ਵੀਰੋ ਆਓ ਗੱਲਾਂ ਹੁੰਦੀਆਂ ਨੇ ਬਾਟਾ ਵਾਲੇ ਦਾ ਜਿੱਤਰ ਹੁੰਦਾ ਹੈ ਲਾਓ ਸਾਹਮਣੇ ਪੀਟੀ ਕਹਿੰਦੇ ਪਹਿਲਾਂ ਵਰਤਾਉਣ ਲਈ ਸਾਂਝੋ ਮਾਤਰੇ ਦੀ ਧਰਤੀ ਦਾ ਤਿਆਰ ਤਿਆਰ ਹੈ ਕਲੀ ਪਾ ਕੇ ਆਈਏ ਆਪਾਂ ਭਰਾ ਬਣੇ ਡਿਊਟੀ ਡਿਊਟੀ ਲੱਗੀ ਹੈ ਡਿਊਟੀ ਸਭ ਤੋਂ ਜੀ ਬਾਕੀ ਕੰਮ ਤੇ ਲਾ ਦੀਏ ਕਲੀ ਮੇਰੇ ਸਾਰੇ ਭਰਾ ਜੀ ਇੱਕ ਇੱਕ ਵੀ ਸ਼ੇਅਰ ਕਰੋਗੇ ਤਾਂ 1000 ਭਰਾ ਲਾਈ ਹੋ ਸਕਦਾ ਇਸ ਮੈਚ ਦੇ ਵਿੱਚ ਨਰੋਲ ਦੀਆਂ ਟੀਮਾਂ ਦਾ ਮੈਚ ਆ ਵੀਰੇ ਇੱਕ ਕਲੀ ਕੁਲਦੀਪ ਨਾਲ ਕਰੇ ਗਾਈ ਸੀਗੀ ਠੀਕ ਹੈ ਜੀ ਠੀਕ ਹੈ ਮੇਰੇ ਕਿੱਲੇ ਤੋਂ ਸੂਰਤ ਦੀਦੀਆ ਹੀਰ ਦੀ ਆਹ ਦੇਖ ਹੋਰ ਕੰਮ ਕੁਛ ਦੀ ਆ ਫਲਕਾਰੀ ਜਿਹੜੇ ਕ੍ਰਿਕਟ ਨੂੰ ਪਿਆਰ ਕਰਦੇ ਆ ਉਹਦਾ ਸ਼ੇਅਰ ਕਰਿਓ ਹੀ ਕਰਿਓ ਦੇਖੋ ਮੇਰੇ ਖਿਆਲ 13-14-15 ਮੈਚ ਇਕੱਲੇ ਵਿਊਵਰ ਹੁੰਦੇ ਸੀ ਆਮ ਨੋਰਮਲ ਮੈਚ ਨੂੰ ਆਹ ਹੁਣ ਇੱਕ ਤਗੜਾ ਮੈਚ ਹੋਣ ਲੱਗਿਆ ਤੇ 225 ਬੰਦਾ ਜਿਹੜਾ ਲਾਈਵ ਜੁੜ ਵੀ ਗਿਆ ਸੋ ਮਾੜਿਆਂ ਨੂੰ ਵੀ ਸਪੋਰਟ ਕਰਿਆ ਕਰੋ ਇਹ ਇਕੱਲਾ ਫਰਜ਼ ਲਾਈਵ ਵਾਲਿਆਂ ਦਾ ਜਾਂ ਕਮੈਂਟਰੀ ਵਾਲਿਆਂ ਦਾ ਨਹੀਂ ਹੁੰਦਾ ਵੀ ਮਾੜਿਆਂ ਨੂੰ ਸਪੋਰਟ ਕਰਨਾ ਇਹ ਤੁਹਾਡੇ ਲਾਈਵ ਦੇਖਣ ਵਾਲਿਆਂ ਦਾ ਵੀ ਫਰਜ਼ ਬਣਦਾ ਵੀ ਉਹਨਾਂ ਦਾ ਮੈਚ ਵੀ ਸ਼ੇਅਰ ਕਰਿਆ ਕਰੀਏ ਕਮੈਂਟ ਕਰਿਆ ਕਰੀਏ ਕਿਉਂਕਿ ਵਧੀਆ ਪਰਫੋਰਮੈਂਸ ਆ ਕਾਫੀ ਜਿਹੜੀਆਂ ਦੇਖਣ ਨੂੰ ਮਿਲ ਗਈਆਂ ਟੂਰਨਾਮੈਂਟ ਦੇ ਉੱਪਰ ਅਮਨ ਮੁੰਡਾ ਸੀ ਪਿੰਡ ਦਾ ਉਹ 6 ਛੱਕੇ ਮਾਰ ਗਿਆ ਅਤੇ ਕੋਲ ਰਾਂਝੇ ਦਾ ਮੁੰਡਾ ਸੀ ਰਾਜਾ ਉਹ ਹੈਟ੍ਰਿਕ ਮਾਰ ਗਿਆ ਦੋਹੇ ਦਾ ਪ੍ਰਦੀਪ ਸੀਗਾ ਉਹ 57 ਰਨ ਮਾਰ ਗਿਆ ਬਾਲਰ ਤੇ ਬੈਟਸਮੈਨ ਦਾ ਜੀਨੂੰ ਹੇਰ ਗੇਰ ਕਹਿੰਦੇ ਬਾਲਰ ਤੇ ਬੈਟਸਮੈਨ ਦਾ ਜੀਨੂੰ ਹੇਰ ਗੇਰ ਕਹਿੰਦੇ 7 ਓਵਰ ਨੇ ਆਓ ਸਾਹਮਣੇ ਕੋਲ ਦਾ ਘੇਰਾ ਹੋਵੇਗਾ ਆਓ ਆ ਗਿਆ ਕਲਾਮ ਦੀ ਧਰਤੀ ਦਾ ਕਹਿੰਦੇ ਸੁੱਕੀ ਦੁਨੀਆ ਕਹਿੰਦੀ ਆ ਕੋਈ ਰਸ਼ੀਅਨ ਟੈਂਕ ਕਹਿੰਦਾ ਕੋਈ ਕਹਿੰਦਾ ਵੀ ਸੋਨੇ ਦੇ ਦੰਦ ਵਾਲਾ ਬੰਦਾ ਆਇਆ ਹੋਇਆ ਆਹ ਮੁੰਡਾ ਕਹਿੰਦੇ ਪੀਡੀਐਸ ਸਾਂਝੋ ਮਾਜਰੇ ਵਾਲਾ ਇਹ ਕਦੇ 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 ਖੇਡਦਾ ਹੁਣ ਪਰ ਜਦੋਂ ਖੇਡਦਾ ਦੁਨੀਆ ਖੁਸ਼ ਕਰ ਦਿੰਦਾ ਜਦੋਂ ਖੇਡਦਾ ਦੁਨੀਆ ਦੀਵਾਨੀ ਕਰ ਦਿੰਦਾ ਬਾਕੀ ਲੋਕਾਂ ਨੇ ਕਹਿੰਦੇ ਪੈਸਾ ਕਮਾਇਆ ਪਰ ਆਹ ਮੁੰਡੇ ਨੇ ਕਹਿੰਦੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਮੁੰਡੇ ਨੇ ਆਹ ਕਹਿੰਦੇ ਪੀਡੀਓ ਸਾਂਝੋ ਮਾਜਰੇ ਦੀ ਧਰਤੀ ਦਾ ਪਹਿਲਾਂ ਵਰਤਾਉਣ ਲਈ ਤਿਆਰ ਵਰ ਤਿਆਰ ਹੈ ਖੇਡ ਦੇ ਆਰਾਮ ਦੇ ਵਿੱਚ ਮੇਰੇ ਗਰਾਊਂਡ ਆਪਾਂ ਕਲੀਅਰ ਕਰ ਦਈਏ ਮੇਰੀ ਗੁਜ਼ਾਰਿਸ਼ ਆ ਭਰਾ ਬਣ ਕੇ ਹੱਥ ਬੰਨ ਕੇ ਬੇਨਤੀ ਹੈ ਮੇਰੀ ਆਓ ਸੁੱਖੀ ਚੱਲ ਗਿਆ ਆਓ ਸੁੱਖੀ ਚੱਲ ਗਿਆ ਕਦੇ ਕੋਲ ਨਹੀਂ ਚੱਲਦਾ ਇਹ ਪਤਾ ਬੀਬੀ ਤੈਨੂੰ ਵੀ ਹੈ ਤੇ ਜਦੋਂ ਚੱਲ ਜੇ ਨਾ ਫੇਰ ਇਹ ਢੇਰੀ ਨਹੀਂ ਲਾ ਦਿੰਦਾ ਇਹਨੇ 6-7 ਮੋਟਰਸਾਈਕਲ ਦਿੱਤੇ ਆ ਰਹਿਣ ਦੁਨੀਆਂ ਨੂੰ ਦੱਸਿਆ ਵੀ ਮਿਹਨਤ ਕਰੀਏ ਤੇ ਸਵਾਲ ਵੱਖਰਾ ਹੀ ਹੈ ਆਓ ਬੱਲੇ 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 ਲਾ ਉਹ ਮੁੰਡੇ ਆ ਨਹੀਂ ਉਹ ਰੀਸਾ ਤੇਰੀ ਹੈ ਸਿਰੇ ਦੀ ਨਾਲ ਪਾਈ ਹੈ ਮੁੰਡੇ ਨੇ ਕਮਾਂ ਪਿੰਡ ਵਾਲਾ ਕਹਿੰਦਾ ਮਾਰੇ ਨੂੰ ਮਾਰੀਏ ਨਾ ਤੇ ਮਜ਼ਾ ਨਹੀਂ ਆਉਂਦਾ ਜਿਹੜੀ ਇਹਦੇ ਬੈਠ ਚ ਆ ਗਈ ਆਓ ਜਾਰੀ ਮਾਰੀ ਹੈ
ਦਾਵੇ ਸੁਖੀ ਦਾਵੇ ਰਸ਼ੀਅਨ ਟੈਂਕ ਆਉਂ ਕਲਾਮ ਕਰ ਦਿੱਤੀ ਆ ਮੁੰਡੇ ਨੇ ਆਉਂ ਕਲਾਮ ਕਰ ਦਿੱਤੀ ਆ ਮੁੰਡੇ ਨੇ ਰਾਤੀ ਨਾ ਮੈਂ ਦੇਖਣ ਲਈ ਦੁਨੀਆ ਤਰਸਦੀ ਹੈ ਜਦੋਂ ਕੱਲ ਟਾਈਆਂ ਪਾਈਆਂ ਨਾ ਤੇ ਕਮਾਲਾ ਮਰ ਦੀ ਪਰਚੀ ਮੇਰੇ ਕੋਲੇ ਸੀ ਸੱਜੋ ਬਾਜਰੇ ਦੀ ਪਰਚੀ ਆਉਂ ਰਾਣੇ ਮੇਰੇ ਕੋਲੇ ਸੀ ਤੇ ਜਦੋਂ ਪਰਚੀਆਂ ਕੱਢ ਕੇ ਲਾਈ ਵਾਲੇ ਨੇ ਮੂਹਰੇ ਕੀਤੀਆਂ ਨਾ ਹੁਣ ਦੇਖੋ ਅਗਲੇ ਬਾਲਰਾਂ ਨੂੰ ਕਿਵੇਂ ਖੇਡਦੇ ਨੇ ਇੱਕ ਓਵਰ 16 ਰਨ ਆ ਕਮਾਮ ਦੀ ਟੀਮ ਦੇ ਵੀਰੇ ਲਓ ਸਾਹਮਣੇ ਇੱਕ ਓਵਰ 16 ਵਰ ਗਏ ਆ ਆਓ ਕਿੰਨੂ ਆ ਗਿਆ ਬਾਲ ਤੋੜ ਲਈ ਖੇਡਦੇ ਮੈਦਾਨ ਦੇ ਵਿੱਚ ਆ ਮੁੰਡਾ ਵੀ ਕਹਿੰਦੇ ਏਕਾ ਕੱਪਾ ਨਾ ਦੱਸਦਾ ਮੇਰੇ ਮਿੱਤਰੋ ਆਓ ਦਰਵਾ ਹੋ ਜੇ ਨੇ ਆਓ ਸੈਂਡੂ ਮਾਦਰੇ ਵਾਲਾ ਕਹਿੰਦੇ ਬਾਲ ਤੋੜ ਲਈ ਤਿਆਰ ਹੈ ਉਧਰਲੇ ਪਾਸੇ ਗਿਆਰੀ ਉਮਰ ਮੁੰਡੇ ਦੀ ਆ ਮੁੰਡੇ ਨੇ ਵੀ ਕਹਿੰਦੇ ਆ ਕੀ ਸੀਜ਼ਨ ਦੇ ਵਿੱਚ ਆਓ ਧੰਨ ਧੰਨ ਕਰਵਾਈ ਹੋਈ ਹੈ ਇਹ ਕਿਹੜੇ ਰਾਹੀ ਮੇਰੇ ਮਿੱਤਰੋ ਕਮਾਮ ਪਰ ਦੀ ਧਰਤੀ ਆ ਆਓ ਸਾਹਮਣਾ ਕਰਨ ਲਈ ਤਿਆਰ ਲਾਕੀ ਮੁੰਡੇ ਆ ਦੋ ਜਿਹੜੇ ਖੜੇ ਨਾ ਕਰੀਮ ਤੇ ਇਹਨਾਂ ਦਾ ਕੁਝ ਨਾ ਕੁਝ ਕਰਨਾ ਪੈਣਾ ਫੇਰ ਹੀ ਗੱਲ ਟਕਾਰੇ ਲੱਗੂਗੀ ਤੇਰੀ ਗੋਪੀ ਨੂੰ ਕਹਿ ਦੇ ਗੋਪੀ ਨੂੰ ਕਹਿ ਦੇ ਤੂੰ ਜੌਂਦ ਬੰਦੀ ਬਣਾ ਲਿਆ ਕੋਈ ਇੱਦਾਂ ਦੀ ਬੇੜੀ ਕਰਾ ਲਾ ਵੀ ਸੁੱਤੇ ਹੱਥਾਂ ਚ ਕੈਦ ਜਾਗਣ ਲਾਓ ਰਾਹੀ ਰਾਹੀ ਰਾਹੁਲ ਆਓ ਸਾਹਮਣੇ ਕੋਈ ਗੱਲ ਨੀ ਹੌਸਲਾ ਰੱਖ ਹੌਸਲਾ ਰੱਖ ਆਓ ਸਾਹਮਣੇ ਕਮਾਦ ਹੋਈ ਪਈ ਹੈ ਸਿਰੇ ਦੀ ਚੱਕਰ ਸਿਰੇ ਦਾ ਮੈਚ ਕਿ ਮੈਗੀਆਂ ਦਾ ਕਿੱਥੋਂ ਭਲਾਨ ਰੱਜਦੇ ਮਿੱਤਰੋ ਜਹਾਜ਼ਾਂ ਰੂੜੀ ਰੋੜੇ ਵੱਜਦੇ ਅਰੇੜਾ ਭਰਾਕੂ ਮੂਰੇ ਕੋਈ ਡਿਗਰੀ ਆਓ ਜਿਵੇਂ ਚੋਰਾ ਮੂਰੇ ਆਉਂਦੇ ਨੀ ਜਿੱਲੇ ਸੋਹਣਿਆ ਮਾਵਾਂ ਦੀ ਜੋ ਛਾਤੀ ਵਿੱਚੋਂ ਮਿਲਦੀ ਦਲੇਰੀ ਤੇ ਪੈਂਟਾਂ ਦੇ ਦੁੱਧ ਕਿੱਥੋਂ ਜਿੱਲੇ ਸੋਹਣਿਆ ਮਾਵਾਂ ਦੀ ਜੋ ਛਾਤੀ ਵਿੱਚੋਂ ਮਿਲਦੀ ਦਲੇਰੀ ਪੰਜ ਓਵਰ ਦਾ ਮੈਚ ਹੈ ਵੀਰੇ ਦੁੱਧ ਕਿੱਥੋਂ ਜਿੱਲੇ ਸੋਹਣਿਆ ਬੱਤਾ ਨੀ ਉਹ ਕੁੱਤਿਆਂ ਦੀ ਜਾਤ ਹੋਣੀ ਹੈ ਕੱਢਦਾ ਇਹ ਜਾਲ ਜਿਹੜਾ ਸਕੀ ਭੈਣ ਤੋਂ ਜਿਹੜੇ ਪਿਆਉ ਦੀ ਦਾੜੀ ਨੂੰ ਹੱਥ ਪਾ ਲਿਆ ਤੇ ਗੱਡਾ ਖੜਾ ਇਹੋ ਜਿਹੇ ਨੂੰ ਚੁੱਪ ਕਹਿਣ ਨੂੰ ਕਿ ਟਾਮ ਸ਼ੋਮ ਗਲੀਆਂ ਚ ਪੜੇ ਫਿਰਦੇ ਆਉ ਲੁਕੜੇ ਨੀ ਮਾਣ ਕੇ ਛੱਤੇ ਸੋਹਣਿਆ ਮਾਵਾਂ ਦੀ ਜੋ ਛਾਤੀ ਵਿੱਚੋਂ ਮਿਲਦੀ ਦਲੇਰੀ ਤੇ ਪੈਕਟਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਆਉ ਸ਼੍ਰੀ ਮਾਵਾਂ ਦੇ ਬੱਬਰ ਸ਼ੇਰ ਪੁੱਤਾ ਇਹ ਰਾਹੁਲਾ ਮੁੰਡਾ ਅੰਦਰ ਦੇ ਕਹਿੰਦੇ ਬੜੀ ਦੁਨੀਆਂ ਨਚਾਉਂਦਾ ਬਦਮਾਸ਼ ਹੋ ਗਈ ਆ ਆਉ ਸੱਜੋ ਮਾਜਰੇ ਵਾਲਾ ਕੰਨੂ ਕਹਿੰਦੇ ਵਾਲ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਰਾਲ ਪੈ ਗਈ ਆ ਆਓ ਚੱਕ ਮੁੰਡੇ ਨੇ ਕਦਰ ਭਰ ਦਿੱਤੀ ਹੈ ਬਾਕੀ ਵਾਲਾ ਘਲਾ ਘਲਾ ਕੇ ਕਰੂਗਾ ਆਓ ਸੱਜੋ ਮਾਜਰੇ ਵਾਲਾ ਅੱਜ ਕਿਸੇ ਤੋਂ ਲੋਕ ਨਹੀਂ ਆਉਂਦਾ ਅੱਜ ਜੱਟ ਮੂਡ ਦੇ ਵਿੱਚ ਆ ਕਿ ਜੱਟਾਂ ਦੇ ਪੁੱਤ ਪੁੱਤਰ ਬੈਠੇ ਸੀ ਬੜੇ ਸ਼ਿਕੰਦਰ ਤੇ ਧੱਕੇ ਨਾਲ ਹੀ ਲੈ ਗਏ ਅੰਦਰ ਆਓ ਜੱਟਾਂ ਦੇ ਪੁੱਤ ਪੁੱਤਰ ਬੈਠੇ ਸੀ ਬੜੇ ਸ਼ਿਕੰਦਰ ਆਓ ਧੱਕੇ ਨਾਲ ਧੱਕੇ ਨਾਲ ਧੱਕੇ ਨਾਲ ਆਓ ਲੈ ਗਏ ਅੰਦਰ ਆਓ ਛੱਡਦਾ ਨਾਲ ਸਿੱਕਣ ਦਾ ਵਾਧਾ ਹੋ ਗਿਆ ਕਿੰਨੀਆਂ ਨਾਲ ਹੋ ਗਈਆਂ ਜੀ ਲਾਓ ਸਾਹਮਣੇ ਲਾਸਟ ਨਾਲ ਬਾਕੀ ਹੈ ਮੇਰੇ ਮਿੱਤਰੋ ਲਾਸਟ ਬਾਲ ਜਿਹੜੀ ਬਾਕੀ ਹੈ ਖੇਡ ਦੇ ਮੈਦਾਨ ਦੇ ਵਿੱਚ ਲਾਓ ਕਿਹਨੂੰ ਬੋਲਿਆ ਹੋਇਆ ਕਿਹਨੂੰ ਕਲਾਮ ਬਿਨਾਂ ਸੁੱਖੀ ਖੜਾ ਆਓ ਬੱਲੇ 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 ਉਹ ਇੱਕ ਟਾਰੀ ਮਾਰ ਹੋਇਆ ਕਿਹਨੂੰ ਦੇ ਨਾਮ ਤੇ ਤਗੜਾ ਵਰਤਾ ਦਿੱਤਾ ਮੁੰਡੇ ਨੇ ਆਓ ਸਵਾਲ
ਕਿੰਨੇ ਆ ਜੀ 23 ਆ ਜੀ 23 ਮੇਰੀ ਰਨ ਆ ਵੀਰੇ 23 ਆ 23 ਓਵਰ 23 7 ਰਨ ਦੇ ਓਵਰ ਬਾਅਦ ਬੰਦੇ ਨੇ ਜੱਟ ਨੂੰ ਹੁਣ 22 ਬਾਈ ਕਹਿੰਦੀ ਦੁਨੀਆ ਆਓ 23 ਬਣ ਗਏ ਆ ਦੋ ਓਵਰਾਂ ਦੀ ਸਮਾਪਤੀ ਆ ਇਹ ਵੀਰੇ ਕੀ ਨਾਮ ਆ ਬਾਲਰ ਦਾ ਧੋਨੀ ਧੋਨੀ ਵੀਰੇ ਫੇਸਬੁੱਕ ਨੂੰ ਅਪਡੇਟ ਕਰੋ ਇਹ ਕੇਰਾ ਅੱਗੇ ਵੀ ਇੱਕ ਸਮੱਸਿਆ ਆਉਣ ਲੱਗ ਗਈ ਵੀਰੇ ਠੀਕ ਹੈ ਜੀ ਇਹ ਪਾਣੀ ਕਿਉਂ ਬੱਚੋ ਪਾਣੀ ਕਿਉਂ ਪਾਈਓ ਬਈ ਰਾਹ ਕੌਣੀ ਸੈਜੋ ਨਾਲ ਜਿਹੜਾ ਪੀਂਦਾ ਮੁੰਡੇ ਦਾ ਆਓ ਸਾਹਮਣੇ ਢੋਲੀ ਕੇ ਦਿਖਾ ਦੇ ਆ ਗਿਆ ਤਿਆਰ ਹੈ ਤੀਜੇ ਵਾਰੀ ਸ਼ੁਰੂਆਤ ਹੋ ਰਹੀ ਹੈ ਜਿਹੜਾ ਕੀਪਰ ਖੜਾ ਨਾ ਲੋਕੋ ਕੀਪਰ ਖੜਾ ਜੇ ਅੱਜ ਇਹਦੇ ਛੱਕੇ ਬੱਚੇ ਨਾ ਅੱਗੇ ਵੀ ਸਮੱਸਿਆ ਆਉਣ ਲੱਗ ਗਈ ਸੀਗੀ ਜਿਹੜਾ ਕੀਪਰ ਖੜਾ ਨਾ ਜਦ ਇਹ ਚੱਲਿਆ ਤੇ ਕਈਆਂ ਦੇ ਸੁਪਨੇ ਜਾਊ ਆਓ ਬੱਲੇ 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 ਰਾਹੁਲ ਆਏ ਨਾ ਕਰ ਆਏ ਨਾ ਕਰ ਆਓ ਗੱਲਾਂ ਬੰਦਰ ਨੀ ਅਟਕਾਣੇ ਆਏ ਨਾ ਕਰ ਆਓ ਮੁੰਡਾ ਰਾਹੁਲ ਮੇਰੇ ਮਿੱਤਰੋ ਗਿਆਨੀ ਮੁੰਡਾ ਖਿਡਾਰੀ ਹੈ ਰਾਹ ਪੈਰੀ ਹੈ ਲਾਓ ਕੀਤੀ ਟਰਾਲੀ ਮੁੰਡੇ ਨੇ ਰਾਹ ਜਿਹੜਾ ਸਿੱਕਲ ਦਾ ਪਾਧਾ ਹੋ ਗਿਆ ਕੌਣ ਆ ਗਿਆ ਸੁਖੀ ਆ ਗਿਆ ਕਮਾਂ ਪਿੰਡਾਂ ਮੁੰਡੇ ਦਾ ਨਵੇਂ ਸ਼ਹਿਰ ਦੀ ਧਰਤੀ ਹੈ ਰਾਜਾ ਸਾਹਿਬ ਦੀ ਕਹਿੰਦੇ ਪਾਰ ਕਿਰਪਾ ਆਹ ਮੁੰਡਾ ਕਹਿੰਦੇ ਉਹ ਸੱਤਾਂ ਨੇ ਕਹਿੰਦੇ ਚੰਡੀ ਜਾ ਕੇ ਕਹਿੰਦੇ ਸੀਸ ਚੁਹਾ ਮੇਰੇ ਮਿੱਤਰੋ ਰਾਲ ਪੈ ਗਈ ਆਓ ਸੁਖੀ ਵਾਈਡ ਬਾਲ ਪਰ ਵਾਈਡ ਹੋ ਗਈ ਜਿਹੜੀ ਹੋ ਚੁੱਕੀ ਹੈ ਫੈਸਲੇ ਬੰਨਣੇ ਪੈਣਗੇ ਫੇਰ ਵਾਈਡ ਬਾਲ ਲਾ ਵਾਈਡ ਬਾਲ ਵਾਈਡ ਬਾਲ ਤੋੜੀਆ ਮੁੰਡਾ ਫੇਰ ਦੇ ਰਾਹ ਦੇ ਵਿੱਚ ਆਓ ਸਾਹਮਣਾ ਕਰ ਦੇ ਇੱਕ ਰਾਹ ਬੜਾ ਸੁਖੀ ਤਿਆਰ ਹੈ ਆਓ ਬੱਲੇ 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 ਉਹ ਇੱਕ ਟਾਰੀ ਦਾ ਰੋਇਲ ਕੋਹਲੀ ਦੇ ਨਾਲ ਦੇ ਕਮਾਲ ਕਰ ਗਿਆ ਮੁੰਡਾ ਸੁਖੀ ਮੁੜ ਗਿਆ ਕਮਾਲ ਮਿਲਦਾ ਆਓ ਰਸ਼ੀਅਨ ਟੈਂਕ ਤੇ ਹਮਲਾ ਆਓ ਰਸ਼ੀਅਨ ਟੈਂਕ ਤੇ ਹਮਲਾ ਕੀਤਾ ਬੜੀ ਤੂਤੀ ਬੋਲਦੀ ਆ ਤਾਂ ਕਹਿ ਸਕਦੇ ਵੀ ਬੜੇ ਬੱਤੀ ਮੇਰੇ ਵੀਰੇ ਬੜੀ ਚੜ੍ਹਾਈ ਹੈ ਨਾ ਬਾਲ ਪੈਰੀ ਹੈ ਉਧਰਲੇ ਪਾਸੇ ਸਭ ਤੋਂ ਲੰਮਾ ਛੱਕਾ ਆਹ ਛੱਕਾ ਟੂਰਨਾਮੈਂਟ ਦਾ ਸਭ ਤੋਂ ਲੰਮਾ ਛੱਕਾ ਆਹ ਬੋਲੀ ਆਹ ਕੀ ਮਰ ਗਿਆ ਕੀ ਮਰ ਗਿਆ ਕੀ ਤੋਂ ਕੀ ਮਰ ਗਿਆ ਕੋਈ ਗੱਲ ਦੀ ਸਮਝ ਨਾ ਆਵੇ ਵੀ ਤਕਲੇ ਨੂੰ ਨਹੀਂ ਪੈ ਗਿਆ ਆਹ ਵਿੱਚੋਂ ਤੰਦ ਨਾ ਲਪੇਟੇ ਜਾਵੇ ਗੋਪੀਆ ਮੁੰਡਾ ਓਵਰ ਸਮਾਪਤ ਕਿੰਨੇ ਮਰ ਗਿਆ ਬਾਈ ਦੱਸੀ ਯਾਰ ਛੋਟੀ ਉਮਰ ਦੇ ਵਿੱਚ ਕਹਿੰਦੇ ਵੱਡਾ ਨਾਮ ਨਾ ਖੱਟਿਆ ਦੋ ਮੋਟਰਸਾਈਕਲਾਂ ਦਾ ਜੇਤੂ ਹੈ ਇੱਕ ਕਹਿੰਦੇ ਡਰਾਈਵਰ ਆਧਾਰ ਤੇ ਆਓ ਕਹਿੰਦੇ ਰਿਹਾ ਮੇਰੇ ਮਿੱਤਰੋ ਆਓ ਖੇਡਦੇ ਨਾਲ ਕਹਿੰਦੇ ਗੋਪੀ ਆ ਗਿਆ ਲੈ ਗੋਪੀ ਬਾਈ ਇੱਕ ਦੋਨੇ ਦਾ ਹੱਥਾਂ ਨੂੰ ਖੜਾ ਕਰਕੇ ਫਤੇਗੀ ਸਹਾਇਤਾ ਆਓ ਆ ਗਿਆ ਗੋਪੀ ਉਧਰਲੇ ਪਾਸੇ ਬੱਤੀ ਦੋਨਾਂ ਦੀਆਂ ਕਹਿੰਦੇ ਟੀ ਸ਼ਰਟਾਂ ਦਾ ਰੰਗ ਇੱਕੋ ਜਿਹਾ
ਸਾਹਮਣੇ ਕਹਿੰਦੇ ਰਾਹੁਲ ਦੇ ਨਾਲ ਵਰਤੀ ਹੈ ਬੜੀ ਵੱਡੀ ਕਹਿੰਦੇ ਚੱਕਰ ਹੈ ਮੇਰੇ ਵੀਰੋ ਖੁਸ਼ਤੀ ਨਾਲ ਉਤਾਰ ਰਿਹਾ ਹੈ ਸੈਂਜੋ ਮਾਜਰਾ ਟੰਡਾ ਮੁੰਡੇ ਦਾ ਆਓ ਪੱਲੇ ਪੱਲੇ ਹੋਈ ਪਈ ਹੈ ਕਿ ਇੱਕੋ ਜਿਹਾ ਰੰਗ ਹੋ ਜਾਏ ਮੁੜ ਕੇ ਲੈਣ ਦੇ ਹੋ ਜਾਏ ਸਾਡਾ ਆਓ ਚੌਂਤੀਆਂ ਤੇ ਕਹੀਆਂ ਦਾ ਦੀਆਂ ਵਾਲੀ ਮੱਟੀ ਪੇਚਾ ਬਹਿਣ ਕਰ ਗੌਰ ਦਾ ਕਰੀ ਕਿਤੇ ਵੇਲ ਰੋਤਾ ਆਓ ਦਿੱਲੀ ਤੇ ਲਾਹੌਰ ਦਾ ਆਓ ਬੰਤੀ 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 ਅੱਜ ਤੇ ਬੰਤੀ ਬੰਤੀ ਹੋ ਗਈ ਹੈ ਅੱਜ ਤੇ ਬੰਤੀ ਬੰਤੀ ਹੋ ਗਈ ਇਹ ਮੁਕੜਾਉਣੇ ਦੇ ਕੱਪ ਦੀ ਜੇਤੂ ਟੀਮ ਆ ਵੀਰੇ ਬਹੁਤ ਰੁਪਈਆ ਲੱਗਿਆ ਸੀ ਮੁਕੜਾਉਣੇ ਉਸ ਕੱਪ ਦੇ ਟੀਮ ਜਿੱਤ ਕੇ ਆਈ ਆ ਸਿਗਨਲ ਫੈਸਲੇ ਹੋ ਜਾਣੇ ਕੋਈ ਗੱਲ ਨਹੀਂ ਫੈਸਲੇ ਕਰ ਦੇ ਰਿਹਾ ਉਹਨਾਂ ਨੇ ਨਿਯੂ ਕੀਤੇ ਜੀ ਲਾਓ ਸ਼ੰਦਾ ਕਰਦੇ ਨੇ ਦੇਖੇ ਔਰ ਮੇਰੇ ਧਿਆਨ ਦੇ ਵਿੱਚ ਰੱਖੋ ਸਾਰੇ ਡਿਸੀਜਨ ਇੱਕੋ ਜਿਹੇ ਰੱਖਣੇ ਆਪਾਂ ਸੁੱਖੇ ਆਡ ਹੋ ਗਿਆ ਵੀਰੇ ਛੱਕਾ ਵੱਜ ਗਿਆ ਵੀ ਗੋਪੀ ਚਾਰ ਛੱਕੇ ਮਾਰ ਗਿਆ ਵੀਰੇ ਛੇ ਦੁਨੀਆਂ ਵੀ ਬਹੁਤ ਆਈ ਹੋਈ ਆ ਮੈਚ ਦੇਖਣ ਲਈ ਸਾਰੇ ਐਂ ਟਿਕੇ ਬੈਠੇ ਆ ਪੌੜੀਆਂ ਦੇ ਉੱਪਰ ਵਾਈਡ ਬਾਲ ਇੱਧਰ ਨਹੀਂ ਨੰਗੋ ਛੋਟੇ ਛੋਟੇ ਆਓ ਕਦੇ ਸਿਮਰ ਦੇ ਚਰਚੇ ਆਏ ਕਹਾਣੇ ਪਿੰਡਾਂ ਵਾਲੇ ਦੇ ਖਰਾ ਮੁੰਡਿਆਂ ਦੀ ਕਹਿੰਦੇ ਗੱਲਬਾਤ ਕੁਝ ਵੱਖਰੀ ਹੈ ਵੱਡੇ ਵੱਡੇ ਬਿਲਡਰਾਂ ਦੇ ਕਹਿੰਦੇ ਆਓ ਗੱਲਾਂ ਹੁੰਦੀਆਂ ਨੇ ਆਓ ਪੱਲੇ ਪੱਲੇ ਉੜੀਸਾ ਦੇ ਨਜ਼ਰ ਆ ਕਦੇ ਗੁਰਪੀ ਕਮਾਲ ਕਰਦਾ ਹੋਇਆ ਆਪਦੀ ਟੀਮ ਦੇ ਲਈ ਆਓ ਗੱਲਾਂ ਕਹਿੰਦੇ ਪੂਰੇ ਦੂਰ ਦਰਾਜੇ ਤੱਕ ਹੋ ਰਹੀ ਹੈ ਲਾਈਵ ਦੇ ਜ਼ਰੀਏ ਜਿਹੜੇ ਭਰਾ ਸਾਡੇ ਮੈਚ ਵੇਖ ਰਹੇ ਆ ਕਹਿਣ ਦਿਆਰਾ ਫੰਡਿਆਂ ਤੇ ਭਰਾਵਾਂ ਸਾਡੇ ਨੇ ਲਾਓ ਪੱਟੀ ਆ ਮੁੰਡਾ ਕਲਾਮਪੁਰ ਦੀ ਧਰਤੀ ਦਾ ਦਰਸ਼ਕਾਂ ਨੇ ਆਓ ਗੋਪੀ ਇਹ ਤੈਨੂੰ ਛੱਕਾ ਮਾਰਨ ਨੂੰ ਫਿਰਦਾ ਇਹ ਤੈਨੂੰ ਮੋਨੂ ਕਬਰ ਵਾਲਾ ਮੰਗੂ ਆ ਤੂੰ ਜਾਂ ਮੋਨੂ ਅਲੱਗ ਤੂੰ ਆ ਕਿੰਨੇ ਰਨ ਹੋ ਗਏ ਆਪਣਾ 66 59 ਹੋ ਗਏ ਵੀਰੇ 4 ਓਵਰ 59 ਰਨ ਹੋ ਗਏ ਆ ਚਾਰ ਓਵਰ 59 ਰਨ ਹੋ ਗਏ ਵੀਰੇ ਵਧੀਆ ਮਨਜੀਤ ਜੀ ਤੁਸੀਂ ਸੁਣਾਓ ਕੀ ਨਾਮ ਵਿੱਕੀ ਆ ਗਿਆ ਮੁੱਢਲੇ ਪਾਸੇ ਬੱਟਲੀ ਦਾ ਕਹਿੰਦੇ ਕਮਾਲ ਪਿੰਡਾਂ ਮੁੰਡੇ ਦਾ ਅੱਜ ਦੋਵਾਂ ਮੁੰਡਿਆਂ ਨੇ ਕਹਿੰਦੇ ਕਮਾਲ ਕੀਤੀ ਇੱਕ ਪਾਸੇ ਰਾਹੁਲ ਹੈ ਇੱਕ ਪਾਸੇ ਬੱਟੀ ਹੈ ਬੱਟੀ ਆਓ ਬੱਲੇ 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 ਛੱਡੀ ਨਾ ਸੱਜਣਾ ਆਓ ਸਾਨੂੰ ਤੇਰਾ ਸਹਾਰਾ ਏ ਹਾਂਜੀ ਦੱਸੋ ਮੁੰਡਿਆਂ ਨੂੰ ਕ੍ਰਾਸ ਹੋਇਆ ਜਾਂ ਨਹੀਂ ਨਿਸ਼ੂ ਗੋਪੀ ਆ ਗਿਆ ਜਿਹਨੇ ਕੰਨੂ ਹੋਣਾ ਨੂੰ ਹਰਾਇਆ ਸੀ ਇੱਕ ਓਵਰ
30 ਰਨ ਰਹਿੰਦਿਆਂ 5 ਛੱਕੇ ਲਗਾਤਾਰ ਮਾਰੇ ਸੀ ਉਹ ਮੁੰਡਾ ਆ ਗਿਆ ਹਾਰਟ ਦੇ ਕੱਪ ਤੇ ਮੈਂ ਖੁਦ ਉਹ ਮੈਚ ਵੇਖਣਾ ਛੱਡਦਾ ਸੀ ਕਿਉਂਕਿ ਮੈਂ ਲਾਈਵ ਨਹੀਂ ਸੀ ਕਰ ਰਿਹਾ ਉਦੋਂ ਤੇ ਮੈਂ ਕਿਹਾ ਹਾਰ ਗਈ ਕਮਾਂ ਪਰ ਇਹ ਮੁੰਡੇ ਨੇ ਮੈਚ ਟਾਈ ਕਰਾਤਾ ਫਿਰ ਸੁਪਰ ਓਵਰ ਦੇ ਵਿੱਚ ਕਮਾਂ ਜਿੱਤ ਗਈ ਸੀ ਵਧੀਆ ਮਾਨ ਸਾਹਿਬ ਤੁਸੀਂ ਸੁਣਾਓ ਕੀ ਹਾਲ ਚਾਲ ਤੁਹਾਡੇ ਸਾਜਨ ਚਾਵੜਾ ਵੀ ਭਰਾ ਸਾਡਾ ਲਾਈਵ ਵੀਡੀਓ ਹੋਇਆ ਸੈਕੰਡ ਰਾਉਂਡ ਦਾ ਮੈਚ ਵੀਰੇ ਇਸ ਤੋਂ ਬਾਅਦ ਇੱਕ ਲਾਸਟ ਮੈਚ ਰਹਿੰਦਾ ਪਹਿਲੇ ਰਾਉਂਡ ਦਾ ਉਸ ਤੋਂ ਬਾਅਦ ਪੈਣਗੀਆਂ ਟਾਈਆਂ ਪੂਲ ਕਲੀਅਰ ਦੀਆਂ ਓਏ ਬਾਲ ਓ ਬਾਈ ਸੁੱਖੀ ਦਾ ਵੀਰੇ ਹੋ ਗਿਆ ਸੀਗਾ ਦੂਏ ਆਊਟ ਦੂਏ ਨੇ ਤੀਜੇ ਓਵਰ 'ਚ ਸ਼ਾਇਦ ਆਊਟ ਹੋ ਗਿਆ ਨਰੂਲ ਆ ਵੀਰੇ ਬਿਲਕੁਲ ਵਧੀਆ ਵਧੀਆ ਮੋਨੂ ਜੀ ਥੈਂਕ ਯੂ ਸਨੀ ਵੀਰੇ ਧੰਨਵਾਦ ਫਿਰ ਸਿਰੇ ਦੀ ਬਾਲ ਯਾਰ ਆਹ ਬਾਈ ਤਾਂ ਬੱਲਾ ਹੀ ਨਹੀਂ ਲਾ ਰਿਹਾ ਸਾਰਾ ਮੈਚ ਖੇਡ ਗਿਆ ਇਹਨੂੰ ਗਾਲਾਂ ਬਹੁਤ ਕੱਢੂ ਸਿੱਖੀ ਉਹ ਲੱਗ ਗਿਆ ਬੋਲਣ ਲੈਟ ਚਲੇ ਗਈ ਲੱਗਦਾ ਪੰਜ ਓਵਰ ਆ ਚਾਰ ਆ ਗਏ ਲਾਓ ਸਾਹਮਣੇ ਵਿਕਟੀਆਂ ਮੇਰੇ ਮਿੱਤਰੋਂ ਗਾਲਾਂ ਪਾ ਰਹੇ ਆ ਸਾਂਝੂ ਬਾਜਰੀ ਦੀ ਧਰਤੀ ਨਾਲ ਨਾਜ਼ਰ ਹੈ ਆਓ ਗੱਲਾਂ ਜਾਂਦੀਆਂ ਮਾਕੀ ਵਾਰ ਸਾਹਿਬ ਦੇ ਜੱਟਾਂ ਦੀ ਲਾਓ ਸਾਹਮਣੇ ਦੇਖਾਂਗੇ ਵਿਕਟੀ ਆ ਆ ਕਲਾਬ ਪਿੰਡ ਵਾਲਾ ਕਹਿੰਦੇ ਰਾਹ ਅਪਡੇਟ ਹੈ ਨਹੀਂ ਕਿ ਵੀਰੇ ਯਾਰੀ ਮੇਰਾ ਮੁੰਡੇ ਦੀ ਬੜਾ ਨਾਂ ਦਾ ਖੱਟੇ ਮੁੰਡੇ ਨੇ ਬੜੀ ਚੜ੍ਹ ਬੜਾ ਬੜੀ ਚੜ੍ਹਾਈ ਆ ਮੁੰਡਿਆਂ ਦੀ ਅੱਜ ਕੱਲ੍ਹ ਆਓ ਵੱਡੇ ਵੱਡੇ ਖੇਡ ਮੇਲਿਆਂ ਦੇ ਵੱਡੇ ਮੇਲੇ ਜੱਦੀ ਅੱਗੇ ਚਲਾਉਣ ਦੀ ਟੀਮ ਸਾਂਝੂ ਮਾਜਰੇ ਵਾਲੇ ਵੀ ਕਹਿੰਦੇ ਆਓ ਗੱਲਾਂ ਟਿਕਾਣੇ ਲਾਉਂਦੇ ਮੇਰੇ ਮਿੱਤਰੋ ਇਹਨਾਂ ਨੇ ਵੀ ਕਹਿੰਦੇ ਪੰਜਾਬ ਦੇ ਟੌਪ ਦੇ ਵੱਡੇ ਮੇਲੇ ਜਿੱਤੇ ਹੋਏ ਆ ਲਾਓ ਸਾਹਮਣੇ ਤੈਰੀ ਬਾਲ ਆਓ ਕੀਤੀ ਟਰਾਈ ਮੁੰਡੇ ਨੇ ਕਿੰਨੇ ਦੀ ਸ਼ੁਕਰੇ ਸਿੰਗਲ ਸਿੰਗਲ ਓਵਰ ਸਮਾਪਤ ਆਈ ਕਿੰਨੇ ਬਣੇ ਦੱਸੀਏ ਆਪਣਾ ਪੰਜ ਓਵਰ 65 ਨੇ 65 ਯਾਰ ਦਾ ਟਾਰਗੇਟ ਆ ਜੀ ਤੇ 66 ਬਣਾਉਣੇ ਆ ਪੂਰੇ 11 ਛੱਕੇ ਪੂਰੇ 11 ਛੱਕੇ 30 ਬਾਲਾਂ ਪੈਣਗੀਆਂ 11 ਛੱਕੇ 65 ਕਹਿ ਦਈਏ ਨਾ ਤੇ ਬਾਹਲਾ ਹੀ ਲੱਗ ਰਿਹਾ ਕਿੰਨੂ ਵੀਰੇ ਤੇ ਜੇ 11 ਛੱਕੇ ਕਹਿ ਦਈਏ ਤੇ ਸੁਣ ਕੇ ਛੋਟੇ ਹੀ ਲੱਗਦੇ ਆ ਵੀ 11 ਜਾਂ ਥੋੜੇ ਜਿਹੇ ਲੱਗਦੇ ਆ 11 ਛੱਕੇ ਚੱਲ ਕੋਈ ਨੀ ਕੋਈ ਨੀ ਕੂਲ ਡਾਊਨ ਨਹੀਂ ਮੇਰੇ ਪੜੈਣ ਦੀ ਟੀਮ ਹੈ ਪਹਿਲਾ ਓਵਰ ਬੰਟੀ ਪਾਊ ਮੈਨੂੰ ਲੱਗਦਾ ਪਹਿਲਾ ਓਵਰ ਜਿਹਨਾਂ ਦੁਨੀਆਂ ਅੱਗ ਲਾਉਣੀ ਉਹ ਡਰਦੇ ਨੀ ਹੁੰਦੇ ਜਿਹਨਾਂ ਨੂੰ ਦੁਨੀਆਂ ਡਰਾਉਣੀ ਕਈ ਵਾਰੀ ਅੱਖਾਂ ਉੱਤੇ ਵੱਧ ਪੱਟੀਆਂ ਧਾਗੇ ਸੂਈ ਵਾਲੇ ਲੱਗੇ ਚੋਂ ਲਮੋਰੇ ਪੈਂਦੇ ਨੇ ਐਵੇਂ ਰਹਿੰਦੇ ਮੁੱਕੀ ਦੇ ਦਿਨ ਬੀਤਦੇ ਦਿਨ ਚੰਗੇ ਆਉਂਦੇ ਨਹੀਂ ਇਧਰਲੇ ਹੋਣੇ ਪੈਂਦੇ ਨੇ ਐਵੇਂ ਰਹਿੰਦੇ ਲੋਕੀ ਚੰਗੇ ਦਿਨ ਬੀਤਦੇ ਦਿਨ ਚੰਗੇ ਆਉਂਦੇ ਨਹੀਂ ਰਹਿੰਦੇ ਹੋਣੇ ਪੈਂਦੇ ਨੇ ਇਧਰ ਵੀਰ ਕਹਿੰਦਾ ਜੀ ਕਮਾਲ ਪੈਂਦਾ ਨੇ ਸਰਕਾਰੀ ਖਾਣਾ ਆਪਦੇ ਕਹਿੰਦੇ ਤਗੜੀਆਂ ਵਾਲਾ ਪਾਊ ਅੱਜ ਪਰ ਜਿਹੜਾ ਗੋਪੀ ਹੈ ਨਾ ਗੋਪੀਆਂ ਦੇ ਕਿੱਟਵਾ ਜਿਆ ਚੱਲ ਗਏ ਤੇ 11 ਛੱਕੇ ਨਾਲੇ ਰਹਿੰਦੀਆਂ ਵਾਲਾ ਮਾਰ ਲੈਣੇ ਆ ਜਾਂ ਦੋਨੇ ਚੱਲ ਗਏ ਨਾ ਤੇ 11 ਛੱਕੇ ਨਾਲੇ ਰਹਿੰਦੀਆਂ ਵਾਲਾ ਜਿਹੜੇ ਮਾਰਦੇ ਨੇ ਇਹ ਤੇ ਸਮਾਂ ਡਿਸਾਈਡ ਕਰੇਗਾ ਮੈਚ ਕਿੱਧਰ ਨੂੰ ਜਾਂਦਾ ਆਪਦੇ ਸਮਾਂ ਡਿਸਾਈਡ ਕਰੇਗਾ ਮੈਚ ਕਿੱਧਰ ਨੂੰ ਜਾਂਦਾ
ਕਿ ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਕਦੇ ਤੇ ਸਹਾਰੇ ਸਾਹਮਣੇ ਜਾਂਦੇ ਰੋਟਣਾ ਕਦੇ ਕੱਕੂ ਹੋਵੇ ਨਾ ਕਮਾਈਆਂ ਰਹਿੰਦੀਆਂ ਸਾਧਾਰੀ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਾਧਾਰੀ ਬੋਲੇ ਚੜਾਈਆਂ ਰਹਿੰਦੀਆਂ ਆਹ ਆ ਗਿਆ ਦੋ ਬੱਲੇਬਾਜ ਤੇ ਦੂਜੇ ਪਾਸੇ ਕਹਿੰਦੇ ਕਿੰਨੂ ਆ ਗਿਆ ਲੋਕੋ ਆਹ ਦੋ ਮੁੰਡਿਆਂ ਦੀ ਜੋੜੀ ਦੇ ਚੜਕੇ ਹੋਇਆ ਪੂਰੇ ਪੰਜਾਬ ਭਰ ਦੇ ਵਿੱਚ ਇਹਨਾਂ ਨੇ ਕਹਿੰਦੇ ਬੜੀ ਦੁਨੀਆਂ ਨਚਾਈ ਹੈ ਮੇਰੇ ਮਿੱਤਰੋ ਇਹ ਦੋਨਾਂ ਦੇ ਅਨੁਸਾਰ ਇਹਦਾ ਸਾਰਾ ਮੈਚ ਹੈ ਦੋ ਜਿਹੜੇ ਕਰੀਬ ਤੇ ਆਏ ਹੈ ਲਾਓ ਸਾਹਮਣੇ ਵੇਖਾਂਗੇ ਪਹਿਲਾ ਵਰ ਕਹਿੰਦੇ ਤਾਂ ਬੰਦਾ ਸੁੱਖੀ ਹੈ ਜਿਹੜੇ ਕਹਿੰਦੇ ਲੱਡੀ ਜੀਪ ਜੁੱਤੀ ਹੈ ਜਿਹੜੇ ਮੁਕਤਸਰ ਦੀ ਉਹ ਧਰਤੀ ਤੋਂ ਚਾਲੀ ਮੁਕਤਾਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਦੀ ਉਹ ਕਾਮਟ ਤੇ ਪਵਿੱਤਰ ਧਰਤੀ ਹੈ ਜਿਹੜੀ ਧਰਤੀ ਦੇ ਕਹਿੰਦੇ ਕਰੇਲੇ ਉਹਨਾਂ ਨੇ ਵੱਡਾ ਟੂਰਨਾਮੈਂਟ ਕਰਵਾਇਆ ਮੇਰੇ ਮਿੱਤਰੋ ਉਹ ਧਰਤੀ ਦੇ ਖੇਡਾਂ ਕਹਿੰਦੇ ਲੱਕੇ ਦੀ ਟੀਮ ਦੀ ਵਿਸ਼ਨੂੰ ਨਾਲ ਖੇਡਿਆ ਤੇ ਲੱਡੀ ਜੀਪ ਦਾ ਕਹਿੰਦੇ ਜੇਤੂ ਬਣਿਆ ਆਹ ਗੋਪੀ ਹੈ ਆਹ ਮੁੰਡੇ ਨੇ ਦੋ ਮੋਟਰਸਾਈਕਲ ਦਿੱਤੇ ਹੋਏ ਹੈ ਲਾਓ ਲੱਡੀ ਜੀਪ ਤੇ ਦੋ ਮੋਟਰਸਾਈਕਲਾਂ ਦੀ ਟੱਕਰ ਹੈ ਇੱਕ ਪਾਸੇ ਵੇਖਾਂਗੇ ਪੰਜ ਛੇ ਮੋਟਰਸਾਈਕਲ ਨੇ ਇੱਕ ਪਾਸੇ ਦੋ ਹੈ ਸੱਤ ਮੋਟਰਸਾਈਕਲ ਇੱਕ ਲੱਡੀ ਜੀਪ ਗਰਾਊਂਡ ਦੇ ਕਹਿੰਦੇ ਆਸੇ ਪਾਸੇ ਭੱਜੀ ਫਿਰਦੀ ਹੈ ਲਓ ਪੈਗੀ ਬਾਲ ਕਮਾਲ ਪਿੰਡ ਵਾਲੇ ਦੀ ਆਓ ਬੱਲੇ 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 ਗੋਪੀ 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 ਹੈ ਆਹ ਕਹਿੰਦੇ ਕਮਾਲ ਪਿੰਡ ਵਾਲਾ ਦੋ ਬਾਪੀਆਂ ਉਹਦੇ ਗੋਪੀ ਗਿਆਰਾਂ ਛੱਕੇ ਆ ਸੱਚੋ ਮਾਜਰੇ ਵਾਲਿਆ ਗਿਆਰਾਂ ਛੱਕਿਆ ਗਿਆਰਾਂ ਲਓ ਪੈਰੀ ਬਾਲ ਮੇਰੇ ਮਿੱਤਰੋ ਤਿੰਨ ਹੋ ਗਿਆ ਤਿੰਨ ਹੀ ਰਹਿ ਗਿਆ ਤਿੰਨ ਇਹਨੇ ਉਹ ਬਾਲ ਪਾਏ ਸੀ ਚਾਰ ਬਾਲਾਂ ਵਾਲੇ ਕਮਾਲ ਵਾਲੇ ਸੁੱਖੀ ਦੇ ਨਾਲੇ ਆਓ ਕਮਾਲ ਕਰ ਦਿੱਤੀ ਆ ਮੁੰਡੇ ਨੇ ਚਾਰ ਪਾਈਆਂ ਤੇ ਗੋਪੀ ਦਾ ਬੈਟ ਨਹੀਂ ਪਿਆ ਹਜੇ ਲਾਓ ਸਾਹਮਣੇ ਪੈਗੀ ਵਾਲ ਉਹ ਪੰਜ ਦੌੜ ਵਾਲਾ ਕਮਾਲ ਪਿੰਡ ਵਾਲਿਆ ਕਮਾਲ ਪਿੰਡ ਵਾਲਿਆ ਉਹ ਗੋਪੀ ਸਾਰਾ ਪਿੰਡ ਵੇਹਦਾ ਬਾਈ ਓਏ ਗ੍ਰੀਨ ਬਾਲ ਆ ਵੀਰੇ ਕਾਸਕੋ ਵਾਲੇ ਗਰਾਊਂਡ ਬਹੁਤ ਆ ਛੋਟਾ ਡਾਮ ਗਰਾਊਂਡ ਦਾ ਘੇਰਾ ਹੁੰਦਾ ਉਦਾਂ ਬਾਉਂਡਰੀ ਆ ਦੀ ਮੇਨ ਓਵਰ ਪਾ ਗਿਆ ਯਾਰ ਮੇਨ ਓਵਰ ਪਾ ਗਿਆ ਮੇਨ ਓਵਰ ਪਾਤਾ ਯਾਰ ਨਿੱਕਾ ਜਿਹਾ ਗਰਾਊਂਡ ਆ ਮੇਨ ਓਵਰ ਪਾ ਗਿਆ ਟੂਰਨਾਮੈਂਟ ਦਾ ਪਹਿਲਾ ਮੇਨ ਓਵਰ ਆ ਵੀਰੇ ਮੇਡਨ ਓਵਰ ਪਾ ਦਾ ਵੀਰੇ ਦੀ ਟੀਮ ਮੇਰੇ ਆ ਕੇ ਕਰਾਸ ਕਰ ਲਵੇ ਨਾਰਿਆਂ ਦੀ ਐਂਟਰੀ ਜਿਹਨਾਂ ਦੀ ਰਹਿੰਦੀ ਹੈ ਜਮ੍ਹਾਂ ਕਰਵਾ ਦੇਣਾ ਆਓ ਪੱਟੀ ਆ ਗਿਆ ਕਿੰਨੂ ਬਾਈ ਗੋਪੀ ਨੇ ਸਾਰਿਆਂ ਕੀਪਰ ਨੂੰ ਫੜਾਉਂਦੀਆਂ ਹੁਣ ਜ਼ਿੰਮੇਵਾਰੀ ਵੱਧ ਗਈ ਹੈ ਚੌਵੀ ਬਾਲਾਂ ਗਿਆਰਾਂ ਛੱਕੇ ਵੱਜ ਵੀ ਸਕਦੇ ਆ ਕੋਈ ਵੱਡੀ ਗੱਲ ਨਹੀਂ ਹੋਰ ਮੁਕੀ ਨਹੀਂ ਹੁੰਦਾ ਦੁਨੀਆਂ ਤੇ ਜਿਨ੍ਹਾਂ ਦੇ ਲੱਤਾਂ ਹੈਗੀ ਨਾ ਉਹ ਓਲੰਪਿਕ ਭੱਜਦੇ ਆ ਬਾਕੀ ਜਿਨ੍ਹਾਂ ਦੇ ਹੱਥ ਹੈਗੇ ਉਹ ਨਿਸ਼ਾਨੇ ਵਾਲੀ ਆਉਂਦੇ ਆ ਬਾਕੀ ਗੱਲਾਂ ਲੱਗਦੀਆਂ ਟਿਕਾਣੇ ਤੇ ਬਾਕੀ ਦੁਨੀਆਂ ਚੰਦ ਤੇ ਪਹੁੰਚ ਗਈ ਹੈ ਤੇ ਚੰਦ ਨੂੰ ਵੇਖੋ ਭਲਾ ਕਿਹੜਾ ਰਾਹ ਜਾਂਦਾ ਹੁਣ ਮੁਕੀ ਨਹੀਂ ਹੁੰਦਾ ਦੁਨੀਆਂ ਤੇ ਆਹ ਮਾਰੂ ਜੇ ਮਾਰੇ ਆਹ ਮਾਰੂ ਜੇ ਮਾਰੇ ਆਹ ਕਹਿੰਦੇ ਕਿੰਨੂ ਆ ਕਿੰਨੂ ਜੇ ਮਾਰੇ ਨਾ ਛੱਕੇ ਨੇ ਮਾਰਦੇ ਅੱਜ ਕੀ ਹੋ ਗਿਆ ਕਿਸ ਬਾਈ ਦੋ ਪਾਲ ਦੇ ਫੈਸਲੇ ਹੋਏ ਆ ਕੱਚੇ ਵਿਕਟ ਹਾਂਜੀ ਬਿਨਾਂ ਬਾਲ ਤੋਂ ਸੱਤ ਆ ਗਏ ਆ ਹਾਂਜੀ ਹਾਂਜੀ ਕੱਚੀ ਵਿਕਟ ਆ ਵੀਰੇ ਉੱਤੋਂ ਬਾਲ ਗ੍ਰੀਨ ਪਰ ਗਰਾਊਂਡ ਬਾਲਾ ਛੋਟਾ ਸੱਤ ਆ ਗਏ ਉਹ ਸਾਰੀ ਕਸਰ ਘਟਾ ਦਿੱਤੀ ਉਹਨੇ ਪਿਛਲੇ ਓਵਰ ਤਿੰਨ ਖੜੇ ਚਾਰ ਹੋਣੀ ਜ਼ਰੂਰੀ ਹੈ ਬਈ ਬਸ ਕਿਉਂਕਿ ਲਾਈਵ ਵਾਲਿਆਂ ਨੂੰ
ਪਤਾ ਲੱਗਣਾ ਚਾਹੀਦਾ ਵੀ ਰੂਹ ਬਾਲ ਹੋਈ ਕਾ ਵੀ ਆ 4 ਫੀਟ ਘੇਰੇ ਦੇ ਅੰਦਰ ਹੋਣੇ ਜ਼ਰੂਰੀ ਹੈ ਬਾਕੀ ਰੂਲ ਦਾ ਰੈਗੂਲੇਸ਼ਨ ਦੇ ਨਾਲ ਉਹ ਘੇਰੇ ਦੇ ਵਿੱਚੋਂ ਪਲੇਅਰ ਇਹਨਾਂ ਨੇ ਤਿੰਨ ਹੀ ਰੱਖੇ ਸੀ ਪਰ 4 ਪਲੇਅਰ ਘੇਰੇ ਦੇ ਜ਼ਰੂਰੀ ਆ ਬੱਟੀ ਕਿੰਨੂ ਦੀ ਤੱਕਰ ਹੈ ਫ੍ਰੀ ਹਿੱਟ ਹੈ ਮੇਰੇ ਵੀਰੋ ਲਓ ਸਾਹਮਣੇ ਵੇਖਾਂਗੇ ਖੇਡ ਦੇ ਮੈਦਾਨ ਦੇ ਵਿੱਚ ਬੱਟੀ ਤੇਰੇ ਓਵਰ ਦੇ ਵਿੱਚ ਸਾਰੇ ਦਾ ਸਾਰਾ ਮੈਚ ਹੈ ਵੀਰ ਤੇਰੇ ਆ ਆਓ ਸਾਹਮਣੇ ਕਿੰਨੂ ਦੇ ਧੱਕੇ ਨਾ ਕਰ ਜੀ ਆਓ ਬੱਲੇ 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 ਰਾਮ ਸਿੰਘਲ ਹੈ ਆਓ ਲੱਗ ਦੇ ਆਫੀ ਹੈ ਜਿਹੜਾ ਮੁੰਡਾ ਕਿਹਨੇ ਕਮਾਲ ਕਰ ਗਿਆ ਅੱਜ ਬਾਕੀ ਇਹ ਰਾਹੁਲ ਹੈ ਖੇਡ ਦੇ ਮੈਦਾਨ ਦੇ ਵਿੱਚ ਆ ਗਿਆ ਗੋਪੀ ਮੇਰੇ ਮਿੱਤਰੋ ਗੋਪੀ ਬਾਈ ਆ ਮੁੰਡੇ ਨੇ ਛੱਕੇ ਮਾਰੇ ਅੱਜ ਜਿਹੜਾ ਬਾਲਾ ਪਾ ਰਿਹਾ ਤੇ ਜੇ ਤੂੰ ਮਾਰੇ ਤੇ ਸਵਾਦ ਆ ਰਹੇ ਲੋਕਾਂ ਨੂੰ ਕਿਉਂਕਿ ਦਰਸ਼ਕ ਉਡੀਕ ਕਰਦੇ ਵੀ ਕਦੋਂ ਛੱਕਾ ਵਜੇ ਗੋਪੀ ਦਾ ਲਾਓ ਬੱਲੇ 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 ਕਿੰਨੇ ਆ ਜੀ ਕੋਈ ਨਾ ਨੀ ਗੋਪੀ ਬਾਈ ਕੋਈ ਨਾ ਨੀ ਜੋ ਫੈਸਲਾ ਕਰਦਾ ਬੰਦਾ ਪੈਣਾ ਦੀਸ਼ੂ ਰੂਲ ਸਾਰਿਆਂ ਦੇ ਇੱਕੋ ਜਿਹੇ ਹੋਣ ਦੱਸੋ ਜੀ ਕੀ ਡਿਸੀਜਨ ਆ ਪਹਿਲਾਂ ਮਾਤਰ ਆਪਣੇ ਇੰਨਾ ਟਾਈਮ ਆ ਪਤਾ ਜੀ ਪਹਿਲੇ ਰਾਉਂਡ ਦਾ ਮੈਚ ਬਾਕੀ ਵੀਰੇ ਤੁਹਾਨੂੰ ਵੀ ਪਤਾ ਹੋਣਾ ਰਾਣੇ ਕਿੰਨੇ ਆ 4 ਫਾਈਨਲ ਸੋਵਰੇ ਆਪਾਂ ਇਦਾਂ ਦਾ ਟੂਰਨਾਮੈਂਟ ਪ੍ਰਮੋਟ ਨਹੀਂ ਕਰਦੇ ਗੱਲ ਕਰਾਂਗੇ ਮੂੰਹ ਤੇ ਚਾਹੇ ਗੁੱਸਾ ਲੱਗੇ ਚਾਹੇ ਨਹੀਂ ਬਾਕੀ ਕਿੰਨੂ ਨੇ ਕਦੇ ਸ਼ਰਾਬ ਦਾ ਹੁਕਮ ਨਹੀਂ ਲੱਗਦੇ ਕਿਉਂਕਿ ਟੀਮ ਦੇ ਮੁੰਡੇ ਮਿਲ ਜਾ ਕੇ ਸਿੱਧਾ ਫਾਈਨਲ ਖੇਡਣਾ ਆਓ ਸਾਹਮਣੇ ਕੀਤੀ ਟਰਾਈ ਮੁੰਡੇ ਦੇ ਸਾਫ ਟੂਰਨਾਮੈਂਟ ਕਰਾਓ ਵੀਰੇ ਅਸੀਂ ਵੀ ਸਾਥ ਦੇਵਾਂਗੇ ਅਸੀਂ ਪੋਸਟਾਂ ਵੀ ਪਾਵਾਂਗੇ ਪਰ ਸਿੱਧਾ ਫਾਈਨਲ ਬਿਲਕੁਲ ਗਲਤ ਕਿਹੜੇ ਜ਼ਮਾਨੇ 'ਚ ਤੁਰੇ ਫਿਰਦੇ ਭਰਾ ਮੇਰੇ ਉਹ ਉਹ ਬੱਲੇ 6 ਲਓ ਸਾਹਮਣੇ ਕਾਫੀ ਕਮਾਲ ਮੁੰਡੇ ਹੋਣੇ ਬਾਕੀ ਸਵਾਲ ਕਰ ਦਿੱਤਾ ਤੈਰੀ ਨਾਲ ਛੱਤੀ ਹੋ ਗਏ
ਓਵਰ ਸਮਾਪਤ ਹੋ ਰਹੀ ਕਿੰਨੇ ਆ 36 ਰਨ ਲੱਗ ਗਏ ਗੋਪੀ ਨੂੰ ਆਓ ਸਾਹਮਣੇ 36 ਹੋ ਗਏ 38 ਵੀਰੇ 38 ਹੋ ਗਏ ਵੀਰੇ ਸੁੱਕੀ ਕੋਈ ਕੰਮ ਨਹੀਂ ਆਇਆ ਤਮਾਮ ਪਿੰਡ ਆਉਣ ਜਿਹੜੀ ਆਉਣ ਤਮਾਮ ਪਿੰਡ ਆਉਣ ਜਿਹੜੀ ਆਉਣ ਤਮਾਮ ਪਿੰਡ ਆਉਣ ਜਿਹੜੀ ਆਉਣ ਲਾਓ ਬੱਲੇ ਆ ਕਿਹਨੇ ਗੋਪੀ 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 ਨਹੀਂ ਖੁੱਲ ਗਿਆ ਆਓ ਗੋਪੀ ਨਹੀਂ ਖੁੱਲ ਗਿਆ ਆਓ ਗੋਪੀ ਨਹੀਂ ਖੁੱਲ ਗਿਆ ਰਨ ਚਾਰ ਜਿਹੜੇ ਜੋੜ ਦਿੱਤੇ ਆ ਚਾਰ ਜਾਂ ਛੇ ਲਾਓ ਸਾਹਮਣੇ ਛੇ ਜਾਂ ਛੇ ਇੱਥੇ ਰੱਖ 44 ਹੋ ਗਏ 38 ਹਾਂਜੀ 38 ਹੋਈ ਆ ਸਾਰੇ ਉਹਨੇ ਪੂਰੇ ਕਰਾਏ 36 ਆ ਦੋ ਨੂੰ ਉਹਦੇ ਪੈ ਗਏ ਇੱਕ ਚੌਕਾ ਵੱਜਿਆ 44 ਹੋ ਗਏ 44 ਹੁਣ 44 ਹੋ ਗਏ ਆ ਹੈਲੋ ਭਰਾਵਾ ਫੋਨ ਫ੍ਰੀ ਰੱਖ ਲਾ ਕਿੰਨੂ ਨੇ ਦੋ ਛੱਕੇ ਮਾਰੇ ਸੀ ਮਕਡੋਨੇ 11,000 ਦੇ ਕੱਲ ਪਰਸੋਂ ਜਿਹੜਾ ਨਰੋਲ ਹੋਇਆ ਬੋਲਦੀ ਕਿੰਨੂ ਸਾਜੋ ਮਾਰੇ ਨੇ ਉਹ ਨੌਨ ਸਟ੍ਰਾਈਕ ਵਾਲੇ ਨੇ ਦੋ ਛੱਕੇ 11,000 ਦੇ ਮਕਡੋਨੇ ਦੇ ਕੱਪ ਦੇ ਵੀਰੇ ਓਵਰ ਦਾ ਤੀਜਾ ਹੀ ਹਲੇ ਮਿਡ ਨੂੰ ਓਵਰ ਸੀ ਪਹਿਲਾਂ ਉਸ ਤੋਂ ਬਾਅਦ ਜਿੱਤ ਗਈ ਵੀਰੇ ਜਿੱਤ ਗਈ ਵੀਰੇ ਚਾਲ ਬਹੁਤ ਤਕੜੇ ਤਕੜੇ ਗੋਪੀ ਨੇ ਗੋਪੀ ਨੇ